ਇਹਦਾ ਰੰਗ ਸੰਧੂਰੀ ਹੈ ਇਹ ਗੋਰੀ ਚਿੱਟੀ ਹੈ ਇਹਨੂੰ ਮੈਲੀ ਨਾ ਕਰਿਓ ਮੇਰੇ ਪੰਜਾਬ ਦੀ ਮਿੱਟੀ ਹੈ ਸਰਦਾਰ ਅੰਜਮ ਹੁਰਾਂ ਦੀਆਂ ਇਹਨਾਂ ਸਤਰਾਂ ਨਾਲ ਪ੍ਰੋਗਰਾਮ ਸਹਿਤਿਕ ਤੰਦਾ ਵਿਖ ਰਹੀ ਸਾਰੇ ਦਰਸ਼ਕਾਂ ਦਾ ਐਸੇ ਸ਼ੋਕੋ ਪੋਰਾ ਬਲੋਂ ਨਿੱਗਾ ਸਵਾਗਤ ਹੈ ਜੀ ਆਇਆਂ ਨੂੰ ਆਪਾਂ ਕਿਤਾਬਾਂ ਦੀ ਗੱਲ ਕਰਦੇ ਆਂ ਅੱਜ ਇਤਿਹਾਸਿਕ ਕਿਤਾਬ ਦੀ ਗੱਲ ਕਰਾਂਗੇ ਅੱਜ ਇਸ ਪੁਸਤਕ ਦੀ ਬਾਤ ਪਾਵਾਂਗੇ ਜਿਹਦੇ ਨਾਲ ਪੰਜਾਬ ਸਾਂਝਾ ਪੰਜਾਬ ਤੇ ਪੰਜਾਬੀਅਤ ਜੁੜੀ ਹੋਈ ਹੈ ਮੈਨੂੰ ਯਾਦ ਹੈ ਕਿ ਇੱਕ ਮਾਚੀ ਤਵੇਰਾ ਜ਼ੁਬਾਨ ਦੀ ਕਵਿਤਰੀ ਹੈ ਜਿਹਦੀ ਇੱਕ ਕਿਤਾਬ 10 ਲੱਖ ਤੋਂ ਵੱਧ ਵਿਕੀ ਆ ਪਰ ਦੁਖਾਂਤ ਇਹ ਹੈ ਕਿ ਪੰਜਾਬੀ ਦੀਆਂ ਕਿਤਾਬਾਂ 300 ਤੇ 500 ਦੇ ਦਰਮਿਆਨ ਸ਼ਬਦੀਆਂ ਨੇ ਤੇ ਜਿਨ੍ਹਾਂ ਨੂੰ ਪੜਨ ਵਾਲੇ ਫਿਰ ਵੀ ਪਾਠਕ ਨਹੀਂ ਲੱਭਦੇ ਅਸੀਂ ਲੀਡਰਾਂ ਦੇ ਭਾਸ਼ਣ ਬੜੇ ਸਵਾਦ ਨਾਲ ਸੁਣਦੇ ਆ ਪਰ ਚੰਗਾ ਹੋਵੇ ਜੇ ਕਿਤਾਬਾਂ ਪੜਾਂਗੇ ਤੁਹਾਨੂੰ ਸਵਾਦ ਵੀ ਆਏਗਾ ਤੁਹਾਨੂੰ ਗਿਆਨ ਵੀ ਮਿਲੇਗਾ ਤੇ ਥੋੜੀ ਜਾਣਕਾਰੀ 'ਚ ਬਹੁਤ ਵਾਧਾ ਹੋਏਗਾ ਕਹਿੰਦੇ ਨੇ ਕਿ ਨਾਲ ਲੋਹਾ ਵਿੱਚ ਪੰਜਾਬ ਦੇ ਨਾ ਸੋਨੇ ਦੀ ਕੋਈ ਖਾਣ ਸੀ ਫਿਰ ਵੀ ਇਸ ਪੰਜਾਬ ਨੂੰ ਮੰਨਦਾ ਕਿਉਂ ਕੁੱਲ ਜਹਾਨ ਸੀ ਚੰਦ ਨੇੜੇ ਆ ਗਿਆ ਬੰਦੇ ਤੋਂ ਬੰਦਾ ਦੂਰ ਹੈ ਨਾ ਨੈਣਾ ਦੇ ਵਿੱਚ ਲਾਲੀਆਂ ਨਾ ਚਿਹਰਿਆਂ ਤੇ ਨੂਰ ਹੈ ਹੀਲਾ ਹ ਲੁੱਟ ਕੇ ਖਾਣ ਦਾ ਨਾ ਹਾਕਮਾਂ ਨੂੰ ਦਰਦ ਹੈ ਬੇੜੇ ਚ ਹੋ ਕੇ ਪਸਰ ਗਏ ਅੰਬਰਾਂ ਚ ਗਮ ਦਾ ਗਰਦ ਹੈ ਮਾਮਾ ਨੇ ਬਹਿ ਕੇ ਰੋਂਦੀਆਂ ਪੁੱਤਰਾਂ ਦੀ ਹੁਣ ਤਕਦੀਰ ਨੂੰ ਬਾਪੂ ਬੜਾ ਕੁਝ ਪੁੱਛਦਾ ਨਾਨਕ ਤੇਰੀ ਤਸਵੀਰ ਨੂੰ ਤੇਰੇ ਹੀ ਦਰ ਨੂੰ ਚੰਬੜ ਗਈ ਕਿਉਂ ਭਾਗਵਾਂ ਦੀ ਪੀੜ ਹੈ ਪਉਰੇ ਨਹੀਂ ਦੱਸੀ ਜਾਮ ਦੀ ਉਮਰਾਂ ਤੋਂ ਲੰਬੀ ਪੀੜ ਹੈ ਡਾਕਟਰ ਮੇਦਰ ਸਿੰਘ ਰੰਦਾਵਾਹੂਰਾ ਨੇ ਇੱਕ ਕਿਤਾਬ ਸੰਪਾਦਿਤ ਕੀਤੀ ਹੈ ਪੰਜਾਬ 1957 ਚ ਇਸ ਕਿਤਾਬ ਦੀ ਤਿਆਰੀ ਦਾ ਫੈਸਲਾ ਹੋਇਆ ਤੇ 1960 ਚ ਜਦੋਂ ਪੰਜਾਬ ਦੇ ਸਾਂਝੇ ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਸਨ ਉਹਨਾਂ ਦੇ ਵੇਲੇ ਇਸ ਪੁਸਤਕ ਨੂੰ ਸਰਕਾਰੀ ਤੌਰ ਤੇ ਭਾਸ਼ਾ ਵਿਭਾਗ ਪੰਜਾਬ ਨੇ ਛਾਪਿਆ ਇਸ ਪੁਸਤਕ ਤੇ ਜਿਹੜੇ ਲੇਖ ਨੇ ਉਬਾਕਮਾਲ ਨੇ ਪੰਜਾਬ ਦੀ ਸਾਰੀ ਵਿਰਾਸਤ ਸੰਭਾਲੀ ਹੋਈ ਹੈ ਔਰ ਅੱਜ ਇਸ ਕਿਤਾਬ ਤੇ ਜਦੋਂ ਨਜ਼ਰ ਮਾਰੀ ਇਹਨੂੰ ਪੜਿਆ ਤੇ ਮੈਨੂੰ ਵੀ ਲੱਗਾ ਕਿ ਸਾਡੀ ਜਾਣਕਾਰੀ ਬਹੁਤ ਅਧੂਰੀ ਹੈ ਪੰਜਾਬ ਜਿਹੜਾ ਕਿਸੇ ਵੇਲੇ ਲਾਹੌਲ ਸਪੀਤੀ ਤੋਂ ਗੜਗਾਉਂ ਤੱਕ ਹੁੰਦਾ ਸੀ ਚੰਬਾ ਕੁਲੂ ਮਨਾਲੀ ਪੰਜਾਬ ਦਾ ਹਿੱਸਾ ਹੁੰਦੇ ਸੀ ਅੱਜ ਉਹ ਪੰਜਾਬ ਇੰਨਾ ਛੋਟਾ ਹੋ ਗਿਆ ਕਿ ਜਿਸ ਪੰਜਾਬ ਨੂੰ ਪਹਿਲੇ ਸਮਿਆਂ 'ਚ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਪਹੁੰਚਣ ਲਈ ਤਿੰਨ ਦਿਨ ਲੱਗਦੇ ਸਨ ਅੱਜ ਕਿਤੇ ਮਿਲਖਾ ਸਿੰਘ ਵਰਗਾ ਉਡਣਾ ਸਿੱਖ ਸਵੇਰ ਨੂੰ ਪੰਜਾਬ ਦੇ ਇੱਕ ਸਿਰੇ ਤੋਂ ਦੌੜਨਾ ਸ਼ੁਰੂ ਕਰੇ ਤੇ ਸ਼ਾਮ ਤੱਕ ਦੂਜੇ ਸਿਰੇ ਤੱਕ ਚਲਾ ਜਾਏਗਾ ਪੰਜਾਬ ਦੀਆਂ ਹੱਦਾਂ ਬਹੁਤ ਛੋਟੀਆਂ ਹੋ ਗਈਆਂ ਨੇ ਇਸ ਕਿਤਾਬ ਚ ਅਮਰਤਾ ਪ੍ਰੀਤਮ ਗੁਲਜਾਰ ਸਿੰਘ ਸੰਧੂ ਗੁਰਬਖਸ਼ ਸਿੰਘ ਤਵਿੰਦਰ ਸਤਿਆਰਥੀ ਮੋਹਨਸ ਪ੍ਰੋਫੈਸਰ ਮੋਹਨ ਸਿੰਘ ਅਮਰਤਾ ਸ਼ਿਰਗਿਲ ਐਸੇ ਲੇਖਕਾਂ ਦੀਆਂ ਰਚਨਾਵਾਂ ਨੇ ਲੇਖ ਨੇ ਜਿਨ੍ਹਾਂ ਨੇ ਪੰਜਾਬ ਦੀ ਗੱਲ ਆਪੋ ਆਪਣੇ ਢੰਗ ਨਾਲ ਕੀਤੀ ਹੈ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਸਤਲੁਜ ਬਿਆਸ ਰਾਵੀ ਜ਼ੇਲਮ ਤੇ ਚਨਾਬ ਇਹ ਦਰਿਆ ਜਦੋਂ ਦੋ ਪੰਜਾਬ ਵੰਡੇ ਗਏ ਲੈਂਦਾ ਤੇ ਚੜ੍ਹਦਾ ਪੰਜਾਬ ਬਣ ਗਿਆ ਉਦੋਂ ਇਹ ਪੰਜਾਂ ਦਰਿਆਵਾਂ ਦੀ ਧਰਤੀ ਢਾਈ ਦਰਿਆਵਾਂ ਦੀ ਧਰਤੀ ਬਣ ਗਈ ਤੇ ਅਸੀਂ ਢਾਈ ਦਰਿਆਵਾਂ ਦਾ ਸੁੱਖ ਵੀ ਨਹੀਂ ਮਾਣ ਰਹੇ ਤੇ ਸਾਡੇ ਇਹਨਾਂ ਪਾਣੀਆਂ ਤੇ ਵੀ ਡੱਕੇ ਪੈਣ ਦੀਆਂ ਸ਼ੰਕਾਵਾਂ ਤੇ ਚਿੰਤਾਵਾਂ ਬਣੀਆਂ ਹੋਈਆਂ ਨੇ ਕਦੇ ਸੱਤ ਸੰਧੂ ਕਿਹਾ ਜਾਂਦਾ ਸੀ ਪੰਜਾਬ ਨੂੰ ਜਦੋਂ ਸੱਤ ਦਰਿਆ ਵਗਦੇ ਸਨ ਤੇ ਸੱਤਾਂ ਦਰਿਆਵਾਂ ਚ ਦੋ ਬਾਦੂ ਦਰਿਆ ਸੀ ਸਰਸਵਤੀ ਤੇ ਯਮਨਾ ਸਰਸਵਤੀ ਹੁਣ ਕਗਰ ਦੇ ਰੂਪ ਚ ਬਦਲ ਗਈ ਆ ਤੇ ਯਮਨਾ ਸਾਡੇ ਤੋਂ ਦੂਰ ਚਲੀ ਗਈ ਆ ਇਹ ਸੱਤ ਸੰਧੂਆਂ ਦਾ ਪੰਜਾਬ ਜਦੋਂ ਹਰਿਆਣਾ ਵੀ ਵਿੱਚ ਸੀ ਜਦੋਂ ਹਿਮਾਚਲ ਵੀ ਵਿੱਚ ਸੀ ਉਦੋਂ ਪੰਜਾਬ ਕਿੱਡਾ ਸੀ ਤੇ ਅੱਜ ਪੰਜਾਬ ਜੋ ਸਾਡੇ ਸਾਹਮਣੇ ਆ ਅੱਜ ਪੰਜਾਬ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਉਲਝਿਆ ਹੋਇਆ ਜੂਝ ਰਿਹਾ ਪੰਜਾਬੀਆਂ ਦੀ ਇੱਕ ਹਾਕਤ ਹੈ ਕਿ ਪੰਜਾਬੀ ਭੰਗੜੇ ਵੀ ਪਾਉਂਦੇ ਨੇ ਪੰਜਾਬੀ ਗਿੱਧੇ ਵੀ ਪਾਉਂਦੇ ਨੇ ਪੰਜਾਬਣਾਂ ਦੀ ਫੁਲਕਾਰੀ ਵੀ ਉੱਡਦੀ ਹੈ ਪੰਜਾਬ ਦੀ ਵਿਰਾਸਤ ਇੰਨੀ ਅਮੀਰ ਹੈ ਕਿ ਅਸੀਂ ਮਾਣ ਕਰਦੇ ਆਏ ਹਾਂ ਸਾਡੇ ਕੋਲ ਸ੍ਰੀ ਹਰਮੰਦਰ ਸਾਹਿਬ ਹੈ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਹੈ ਸਾਡੇ ਪੰਜਾਬ ਚ ਦੁਰਗਾਣਾ ਮੰਦਿਰ ਹੈ ਅਕਬਰ ਦੀ ਤਾਜ ਪੋਛੀ ਵਾਲਾ ਸ਼ਹਿਰ ਕਲਾਨੌਰ ਹੈ ਪੰਜਾਬੀ ਤਰਕਸ਼ੀਲ ਵੀ ਨੇ ਸਰਾਦ ਵੀ ਕਰੀ ਜਾਂਦੇ ਨੇ ਪੰਜਾਬੀ ਲੜੀ ਵੀ ਜਾਂਦੇ ਨੇ ਭੀੜੀ ਵੀ ਜਾਂਦੇ ਨੇ ਪੰਜਾਬੀ ਨੱਚੀ ਵੀ ਜਾਂਦੇ ਨੇ ਗਾਈ ਵੀ ਜਾਂਦੇ ਨੇ ਪਰ ਪੰਜਾਬੀ ਜਦੋਂ ਕਿਤੇ ਲੋੜ ਪਵੇ ਇਕੱਠੇ ਹੋਣਾ ਵੀ ਜਾਣਦੇ ਨੇ ਇਸ ਪੁਸਤਕ ਚ ਮਹਿੰਦਰ ਸਿੰਘ ਰੰਦਾਵਾ ਹੂਰਾ ਨੇ ਜਿਹੜਾ ਯਤਨ ਕੀਤਾ ਉਹ ਸਭ ਤੋਂ ਵੱਧ ਸਲਾਉਣ ਯੋਗ ਹੈ ਕਿਉਂਕਿ ਇਹ ਯਾਦ ਰੱਖਣਾ ਪਏਗਾ ਕਿ ਇਤਿਹਾਸ ਜਦੋਂ ਬੋਲਦਾ ਬਾਕੀ ਸਾਰਾ ਕੁਝ ਚੁੱਪ ਹੋ ਜਾਂਦਾ ਕਾਇਨਾਤ ਕੰਨ ਲਾ ਕੇ ਸੁਣਦੀ ਆ ਵੀ ਕੀ ਹੋਣ ਲੱਗਾ ਪਰ ਦੁਖਾਂਤ ਜਿਵੇਂ ਮੈਂ ਕਿਹਾ ਸੀ ਕਿ ਮਾਚੀ ਤਵੇਰਾ ਦੀ ਕਿਤਾਬ ਤਾਂ 10 ਲੱਖ ਵਿਕਤ ਸਕਦੀ ਹੈ ਜ਼ੁਬਾਨੀ ਕਵਿਤਰੀ ਹੈ ਪਰ ਅਸੀਂ ਹਲੇ ਤੱਕ ਕਿਤਾਬਾਂ ਪੜਨ ਦਾ ਸ਼ੌਕ ਹੀ ਨਹੀਂ ਪੈਦਾ ਕਰ ਸਕੇ ਇਸ ਪੁਸਤਕ ਚ ਕੀ ਆ ਪੰਜਾਬ ਚ ਜਿਹੜੀ ਮਹਿੰਦਰ ਸਿੰਘ ਰੰਤਾਵਾਹੁਰਾ ਨੇ ਸੰਪਾਦਿਤ ਕੀਤੀ ਆ ਘਰਾਂ ਚ ਹਲੇ ਤੱਕ ਕਿਉਂ ਨਹੀਂ ਰੱਖੀ ਜਦੋਂ ਕਿਤਾਬ ਬਾਰੇ ਇਸ ਪੁਸਤਕ ਬਾਰੇ ਸੁਣੋਗੇ ਤੁਹਾਨੂੰ ਵੀ ਬਹੁਤ ਚੰਗਾ ਲੱਗੇਗਾ ਮਿਲਦੇ ਆਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਜਸ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਫਿਰ ਸਵਾਗਤ ਆ ਗੱਲ ਕਰ ਰਿਆਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਛਾਪੀ ਗਈ ਪੁਸਤਕ ਪੰਜਾਬ ਦੀ ਜਿਹਨੂੰ ਪੰਜਾਬ ਚ ਹਰੀ ਕ੍ਰਾਂਤੀ ਦੇ ਜਨਮਦਾਤਾ ਤੇ ਪੰਜਾਬੀ ਜੁਨੇ ਖੇਤੀਬਾੜੀ ਯੂਨੀਵਰਸਿਟੀ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਡਾਕਟਰ ਮਹਿੰਦਰ ਸਿੰਘ ਰੰਦਾਵਾ ਹੁਰਾ ਵੱਲੋਂ ਸੰਪਾਦਿਤ ਕੀਤੀ ਗਈ ਹੈ ਪੰਜਾਬ ਉਹ ਧਰਤੀ ਆ ਜਿਹਦੀਆਂ ਹੱਦਾਂ ਦਰਿਆਵਾਂ ਨਾਲ ਜੁੜਦੀਆਂ ਰਹੀਆਂ ਨੇ ਪੰਜਾਬ ਦੇ ਇੱਕ ਪਾਸੇ ਕਿਸੇ ਵੇਲੇ ਹਿਮਾਲਿਆ ਪਰਬਤ ਦੀ ਹੱਦ ਹੁੰਦੀ ਸੀ ਪੰਜਾਬ ਦੋ ਦਰਿਆ ਸਤਲੁਜ ਤੇ ਬਿਆਸ ਨਾਲ ਦੁਆਬਾ ਬਣਦਾ ਸੀ ਤੇ ਵਕਤ ਬਦਲ ਨਾਲ ਬਹੁਤ ਕੁਝ ਬਦਲ ਚੁੱਕਾ ਹੈ ਪੰਜਾਬ ਦੀਆਂ ਨਿਸ਼ਾਨੀਆਂ ਹੁੰਦੀਆਂ ਸੀ ਪਿੰਡ ਚ ਬੜੋ ਖੇਤਾਂ ਚ ਖੜ ਚੱਲਦਾ ਹੁੰਦਾ ਸੀ ਕੁਲਾੜੀ ਤੈਨੂੰ ਆਪਾਂ ਗੁੜ ਤਿਆਰ ਕਰਨਾ ਕਹਿੰਦੇ ਆ ਵੇਲਣਾ ਚੱਲਦਾ ਹੁੰਦਾ ਸੀ ਟੋਬਿਆਂ ਚ ਪਸ਼ੂ ਨਾ ਹੁੰਦੇ ਹੁੰਦੇ ਸਨ ਕਿਤੇ ਗਿੱਦਾ ਪੈ ਰਿਆ ਹੁੰਦਾ ਸੀ ਕਿਤੇ ਵਾਰਾਂ ਟਾਣੀ ਖੇਡੀ ਜਾਂਦੀ ਸੀ ਕਿਤੇ ਪਾਸ਼ਾ ਖੇਡਿਆ ਜਾਂਦਾ ਸੀ ਕਿਤੇ ਸੱਥਾਂ ਥੱਲੇ ਬੋੜਾਂ ਹੁੰਦੀਆਂ ਸਨ ਕਿਤੇ ਸੌਣ ਮਹੀਨੇ ਅਸਮਾਨੀ ਪੀਂਗਾ ਚੜਾਈਆਂ ਜਾਂਦੀਆਂ ਸਨ ਪੰਜਾਬ 'ਚ ਇਸ ਵੇਲੇ ਇਹ ਸਾਰਾ ਕੁਝ ਬੀਤੇ ਦੀ ਗੱਲ ਹੋ ਕੇ ਰਹਿ ਗਈ ਹੈ ਫੁਲਕਾਰੀਆਂ ਦਾ ਇਤਿਹਾਸ ਪੰਜਾਬ ਨਾਲ ਜੁੜਿਆ ਹੋਇਆ ਹੈ ਪੰਜਾਬ ਅਸਲ 'ਚ ਬਹੁਤ ਕੁਝ ਸੀ ਪੰਜਾਬ ਬਾਰੇ ਇੱਕ ਧਾਰਨਾ ਸੀ ਕਿ ਇੱਥੇ ਸਾਰੀਆਂ ਰੁੱਤਾਂ ਨੇ ਇੱਥੇ ਨਵੰਬਰ ਮਹੀਨੇ 'ਚ ਦਿਨ ਨੂੰ ਧੁੱਪ ਲੱਗਦੀ ਆ ਤੇ ਰਾਤ ਨੂੰ ਪਾੜਾ ਲੱਗਦਾ ਹੈ ਇੱਥੇ ਗਰਮੀ ਵੀ ਰੱਜ ਕੇ ਪੈਂਦੀ ਸੀ ਬਰਸਾਤ ਵੀ ਰੱਜ ਕੇ ਪੈਂਦੀ ਸੀ ਤੇ ਇਹ ਬਸੰਤ ਨੂੰ ਵੀ ਰੱਜ ਕੇ ਮਨਾਉਂਦਾ ਸੀ ਪੰਜਾਬ ਦੀਆਂ ਫਸਲਾਂ ਵੇਖ ਕੇ ਪੂਰੇ ਦੇਸ਼ ਦੀ ਛਾਤੀ ਚੌੜੀ ਹੋ ਜਾਂਦੀ ਸੀ ਪਰ ਅੱਜ ਪੰਜਾਬ ਦੀਆਂ ਫਸਲਾਂ ਤੇ ਕਿਸਾਨਾਂ ਦਾ ਜੋ ਕੁਝ ਹੋ ਰਿਹਾ ਉਹ ਵੀ ਆਪਣੇ ਸਾਰੇ ਸਾਰਿਆਂ ਦੇ ਸਾਹਮਣੇ ਆ। ਬੇਦਰ ਸਿੰਘ ਰੰਦਾਵਾ ਹੂਰਾ ਨੇ ਇਸ ਪੁਸਤਕ ਚ ਪੰਜਾਬ ਦਾ ਉਹ ਹਰ ਪੱਖ ਵਿਚਾਰਿਆ ਜੋ ਸਿੱਧੇ ਜਾਂ ਸਿੱਧੇ ਰੂਪ ਚ ਪੰਜਾਬ ਨਾਲ ਜੁੜਦਾ ਹੈ। ਪੰਜਾਬ ਦੀਆਂ ਕਲਾਕਿਰਤਾ ਪੰਜਾਬ ਦਾ ਸਾਹਿਤ ਪੰਜਾਬ ਦੀਆਂ ਖੇਡਾਂ ਪੰਜਾਬ ਦੀਆਂ ਦੇਸੀ ਖੇਡਾਂ ਪੰਜਾਬ ਦਾ ਪਿਛੋਕੜ ਪੰਜਾਬ ਕੀ ਸੀ ਤੇ ਕਿੱਥੇ ਤੱਕ ਆ ਗਿਆ ਪੰਜਾਬ ਦੀਆਂ ਬੰਡੀਆਂ ਕਿਉਂ ਪੈ ਗਈਆਂ ਤੇ ਜਿਸ ਪੰਜਾਬ ਚ ਆਪਾਂ ਜੰਮੇ ਬਣਿਆ ਉਸ ਪੰਜਾਬ ਨੂੰ ਜੇ ਕਰਾਂਚ ਨਹੀਂ ਲੈਂਦਾ ਤਾਂ ਫਿਰ ਅਸੀਂ ਅਦੂਰੇ ਆ ਇਹ ਕਿਤਾਬ ਜੇ ਪੰਜਾਬ ਨਾਲ ਹਿੱਤ ਕਰਦੇ ਹੋ ਪੰਜਾਬ ਨਾਲ ਪਿਆਰ ਕਰਦੇ ਹੋ ਤੇ ਆਪਣੇ ਘਰ ਦੇ ਕਾਫੀ ਟੇਬਲ ਤੇ ਲਿਆ ਕੇ ਰੱਖੋ ਬੱਚੇ ਜਦੋਂ ਵੇਖਣਗੇ ਉਹਨਾਂ ਨੂੰ ਪਤਾ ਲੱਗੇਗਾ ਕਿ ਸਾਡਾ ਪੰਜਾਬ ਕਿੱਡਾ ਵੱਡਾ ਹੁੰਦਾ ਸੀ ਧਰਾਤਲ ਤੌਰ ਤੇ ਵੀ ਵਿਰਾਸਤੀ ਤੌਰ ਤੇ ਵੀ ਲੋਕ ਗੀਤਾਂ ਕਰਕੇ ਵੀ ਕਿੱਦੇ ਪੰਗੜਿਆਂ ਕਰਕੇ ਵੀ ਤੇ ਪੰਜਾਬ ਪੰਜਾਬ ਸੀ ਪੰਜਾਬ ਦੇ ਗੁਣ ਕਿਉਂ ਗਾਏ ਜਾਂਦੇ ਆ ਆਪਾਂ ਗੱਲ ਕਰਦੇ ਆ ਪਰ ਇਸ ਤੋਂ ਪਹਿਲਾਂ ਰੋਜ਼ਾਨਾ ਅਜੀਤ ਦੇ ਕਾਰਜਕਾਰੀ ਸੰਪਾਦਕ ਸਰਦਾਰ ਸਤਨਾਮ ਸਿੰਘ ਮਾੜਕੁਰੀ ਪੰਜਾਬ ਬਾਰੇ ਤੇ ਇਸ ਕਿਤਾਬ ਬਾਰੇ ਕੀ ਨਜ਼ਰੀਆ ਰੱਖਦੇ ਆ ਤੁਹਾਡੇ ਨਾਲ ਸਾਂਝਾ ਕਰਦੇ ਆ ਇਹ ਬੜੀ ਖੁਸ਼ੀ ਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਪੰਜਾਬੀ ਦੇਸ਼ ਵਿਦੇਸ਼ ਬਸਦੇ ਹੋਏ ਵੀ ਆਪਣਾ ਇਤਿਹਾਸ ਆਪਣਾ ਸੱਭਿਆਚਾਰ ਆਪਣਾ ਵਿਰਸਾ ਆਪਣੀ ਜ਼ੁਬਾਨ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹਾ ਹੈ ਇਸੇ ਕਰਕੇ ਵਿਦੇਸ਼ਾਂ ਵਿੱਚ ਜਿਹੜੇ ਟੈਲੀਵਿਜ਼ਨ ਚੈਨਲ ਹੈ ਪੰਜਾਬੀ ਦੇ ਉਹ ਵੀ ਅੱਛਾ ਕੰਮ ਕਰ ਰਹਾ ਹੈ ਮੈਨੂੰ ਇਸ ਗੱਲ ਦੀ ਵੀ ਬੜੀ ਖੁਸ਼ੀ ਹੈ ਕਿ ਜਸ ਪੰਜਾਬੀ ਜਿਹੜਾ ਉਹ ਪੰਜਾਬ ਦੇ ਲੋਕਾਂ ਨੂੰ ਜਿਹੜੇ ਪੰਜਾਬ ਦੇ ਸਾਹਿਤ ਨਾਲ ਸੱਭਿਆਚਾਰ ਨਾਲ ਜੋੜ ਕੇ ਰੱਖਣ ਲਈ ਅਤੇ ਪੰਜਾਬ ਦੇ ਵਿੱਚ ਜਿਹੜਾ ਰਾਜਨੀਤਿਕ ਸਮਾਜਿਕ ਘਟਨਾਕਰਮ ਵਾਪਰਦਾ ਉਹਦੇ ਬਾਰੇ ਵੀ ਜਾਣਕਾਰੀ ਦੇਣ ਲਈ ਲਗਾਤਾਰ ਯਤਨਸ਼ੀਲ ਹੈ ਇਸ ਸੰਦਰਭ ਵਿੱਚ ਜਿਹੜਾ ਜਸ ਪੰਜਾਬੀ ਟੀਵੀ ਨੇ ਸਾਇਹਤਕ ਤੰਨਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਿਹੜਾ ਅਸ਼ੋਕ ਭਰਾ ਜੀ ਪੇਸ਼ ਕਰਦੇ ਆ ਉਸ ਦੇ ਵਿੱਚ ਜਿਹੜਾ ਪੰਜਾਬ ਦੇ ਜਿਹੜੇ ਲੇਖਕ ਆ ਸਹਿਤਕਾਰ ਆ ਉਹਨਾਂ ਨੂੰ ਵੀ ਰੂਬਰੂ ਕੀਤਾ ਜਾਂਦਾ ਤੇ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਸਾਹਿਤ ਨਾਲ ਸੰਬੰਧਿਤ ਪ੍ਰੋਗਰਾਮ ਵੀ ਪੇਸ਼ ਕੀਤੇ ਜਾਂਦੇ ਆ ਹੁਣ ਮੈਨੂੰ ਇਹ ਪਤਾ ਲੱਗਾ ਕਿ ਅਸ਼ੋਕਪura ਜੀ ਸਾਇਤਿਕ ਤੰਦਾ ਪ੍ਰੋਗਰਾਮ ਵਿੱਚ ਡਾਕਟਰ ਮਹਿੰਦਰ ਸਿੰਘ ਰੰਧਾਵਾ ਜੀ ਜਿਨ੍ਹਾਂ ਨੇ ਇਹ ਪੰਜਾਬ ਇੱਕ ਬਹੁਤ ਹੀ ਵਧੀਆ ਤੇ ਵਿਸਥਾਰਪੂਰਵਕ ਵੱਡੀ ਕਿਤਾਬ ਜਿਹੜੀ ਹੈ ਸੰਪਾਦਿਤ ਕੀਤੀ ਸੀ ਉਹਦੇ ਵਿੱਚ ਪੰਜਾਬ ਦੇ ਜਿਹੜੇ ਵਿਦਵਾਨ ਆ ਉਹਨਾਂ ਦੇ ਪੰਜਾਬ ਦੇ ਵੱਖ-ਵੱਖ ਪਹਿਲੂਆਂ ਬਾਰੇ ਵੱਖ-ਵੱਖ ਖੇਤਰਾਂ ਬਾਰੇ ਕਲਾ ਦੇ ਖੇਤਰ, ਆਰਥਿਕਤਾ ਦੇ, ਰਾਜਨੀਤੀ ਦੇ ਖੇਤਰ ਤੇ ਇਸ ਤਰ੍ਹਾਂ ਦੀ ਜਿਹੜੀ ਇਤਿਹਾਸ ਬਾਰੇ ਬਹੁਤ ਸਾਰੇ ਲੇਖ ਉਹਦੇ ਵਿੱਚ ਸ਼ਾਮਲ ਕੀਤੇ ਗਏ ਸੀ ਉਸ ਕਿਤਾਬ ਦੇ ਉੱਪਰ ਜਿਹੜਾ ਸਹਿਤਕ ਤੰਦਾਂ ਪ੍ਰੋਗਰਾਮ 'ਚ ਚਰਚਾ ਕੀਤੀ ਜਾ ਰਹੀ ਆ ਇਹ ਬਹੁਤ ਅੱਛੀ ਗੱਲ ਆ ਆਪਣੀਆਂ ਕਲਾਸਿਕ ਪ੍ਰਾਣੀਆਂ ਕਿਤਾਬਾਂ ਨੂੰ ਪੜ੍ਹਨਾ ਵੀ ਚਾਹੀਦਾ ਉਹਨਾਂ ਤੋਂ ਸੇਧ ਵੀ ਲੈਣੀ ਚਾਹੀਦੀ ਆ ਤੇ ਉਹਨਾਂ ਦੀ ਚਰਚਾ ਵੀ ਹੋਣੀ ਚਾਹੀਦੀ ਆ ਪਰ ਅੱਜ ਦਾ ਜਿਹੜਾ ਪੰਜਾਬ ਆ ਇਸ ਅਸਫਰ ਤੇ ਮੈਂ ਉਹਦੀ ਵੀ ਗੱਲ ਕਰਨੀ ਚਾਹੁੰਨਾ ਐਸ ਵੇਲੇ ਪੰਜਾਬ ਦੇ ਵਿੱਚ ਰਾਜਨੀਤਿਕ ਤੌਰ ਤੇ ਆਰਥਿਕ ਤੌਰ ਤੇ ਜਿਹੜਾ ਕਈ ਮੁਸ਼ਕਲਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਇਹ ਸਾਡੀ ਨਵੀਂ ਪੀੜ੍ਹੀ ਹੈ ਜਿਹੜੀ ਉਹ ਉਹ ਪੰਜਾਬੀ ਜ਼ਬਾਨ ਤੇ ਪੰਜਾਬੀ ਸਭਿਆਚਾਰ ਤੋਂ ਦੂਰ ਵੀ ਜਾ ਰਹੀ ਹੈ ਕਿਉਂਕਿ ਪੰਜਾਬ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਹੋ ਸਕਿਆ ਸਾਡੀ ਖੇਤੀ ਜਿਹੜੀ ਹੈ ਉਹ ਚਖੜੋਤ ਆ ਗਈ ਹੈ ਪੀੜੀ ਦਰ ਪੀੜੀ ਜ਼ਮੀਨ ਵੰਡੀ ਜਾਣ ਕਰਕੇ ਕਿਸਾਨਾਂ ਦੇ ਖੇਤੀ ਦੇ ਯੂਨਿਟ ਵੀ ਜਿਹੜੇ ਛੋਟੇ ਹੋ ਗਏ ਇਹਦੇ ਕਰਕੇ ਸਾਡੇ ਪੰਜਾਬੀਆਂ ਦਾ ਜ਼ਿਆਦਾ ਰੁਝਾਨ ਵਿਦੇਸ਼ਾਂ ਵੱਲ ਹੈਗਾ ਖਾਸ ਕਰਕੇ ਨੌਜਵਾਨ ਪੀੜ੍ਹੀ ਜਿਹੜੀ ਹੈ ਸਿੱਖਿਆ ਹਾਸਲ ਕਰਨ ਦੇ ਨਾਂ ਹਿੱਟ ਜਾ ਕੇ ਵਿਦੇਸ਼ਾਂ ਚ ਆਬਾਦ ਹੋਣਾ ਚਾਹੁੰਦੀ ਹੈ ਇਹਨਾਂ ਚੀਜ਼ਾਂ ਨੂੰ ਅਸੀਂ ਰੋਕ ਨਹੀਂ ਸਕਦੇ ਕਿਉਂਕਿ ਮਨੁੱਖ ਨੇ ਜਿਹੜਾ ਸੁਰੱਖਿਅਤ ਜੀਵਨ ਅਤੇ ਸਵਾਦਲੇ ਭੋਜਨ ਦੀ ਭਾਲ ਵਿੱਚ ਹਮੇਸ਼ਾ ਜਿਹੜਾ ਪ੍ਰਵਾਸ ਕੀਤਾ ਤੇ ਇਹ ਪ੍ਰਵਾਸ ਦਾ ਸਿਲਸਿਲਾ ਜਿਹੜਾ ਅੱਜ ਵੀ ਚੱਲ ਰਿਹਾ ਕਦੀਆਂ ਤੇਜ਼ ਜੀ ਨਾਲ ਚੱਲਦਾ ਕਦੇ ਥੋੜਾ ਧੀਮੀ ਗਤੀ ਚ ਚੱਲਦਾ ਇਸ ਕਰਕੇ ਸਾਡੇ ਸਾਹਮਣੇ ਸਵਾਲ ਪੈਦਾ ਹੁੰਦਾ ਕਿ ਆਪਣੀ ਨਵੀਂ ਪੀੜ੍ਹੀ ਨੂੰ ਪੰਜਾਬੀ ਜ਼ੁਬਾਨ ਪੰਜਾਬੀ ਸੱਭਿਆਚਾਰ ਪੰਜਾਬੀ ਸਹਿਤ ਪੰਜਾਬ ਦੇ ਇਤਿਹਾਸ ਨਾਲ ਅਸੀਂ ਕਿਵੇਂ ਜੋੜ ਕੇ ਰੱਖਣਾ ਇਹ ਇਹ ਸਾਡੇ ਸਾਹਮਣੇ ਵੱਡਾ ਸਵਾਲ ਹੈ ਉਹਦੇ ਵਿੱਚ ਮੈਨੂੰ ਇਹੀ ਗੱਲ बार-बार ਮੇਰੇ ਦਿਮਾਗ 'ਚ ਆਂਦੀ ਆ ਕਿ ਸਾਡੀ ਜਿਹੜੀ ਪੰਜਾਬ ਦੇ ਵਿੱਚ ਸਿੱਖਿਆ ਵਿਖਿਆ ਦਾ ਪ੍ਰਬੰਧ ਹੈ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਉਹ ਉਹਦੇ ਵਿੱਚ ਸੰਤੁਲਿਤ ਪਹੁੰਚ ਹੋਣੀ ਚਾਹੀਦੀ ਹੈ ਸਾਨੂੰ ਦੂਜੀਆਂ ਜ਼ਬਾਨਾਂ ਵੀ ਆਪਣੇ ਬੱਚਿਆਂ ਨੂੰ ਸਿਖਾਣੀਆਂ ਚਾਹੀਦੀਆਂ ਚਾਹੇ ਉਹ ਹਿੰਦੀ ਆ ਅੰਗਰੇਜ਼ੀ ਆ ਜਾਂ ਹੋਰ ਵਿਦੇਸ਼ੀ ਭਾਸ਼ਾਵਾਂ ਜਿਹੜੇ ਸਾਡੇ ਬੱਚੇ ਸਿੱਖਣ ਦੀ ਸਮਰੱਥਾ ਰੱਖਦੇ ਆ ਉਹਨਾਂ ਨੂੰ ਇਹ ਜ਼ਬਾਨਾਂ ਵੀ ਚੰਗੀ ਤਰ੍ਹਾਂ ਸਿਖਾਈਆਂ ਜਾਣੀਆਂ ਚਾਹੀਦੀਆਂ ਪਰ ਨਾਲ-ਨਾਲ ਪੰਜਾਬ ਚ ਜਿਹੜਾ ਬੱਚਾ ਜੰਮਦਾ ਹੈ ਉਹਨੂੰ ਆਪਣੀ ਜ਼ਬਾਨ ਲਿਖਣੀ ਪੜਨੀ ਤੇ ਬੋਲਣੀ ਆਉਣੀ ਚਾਹੀਦੀ ਆ ਔਰ ਇਹਦੇ ਤੇ ਉਹਨੂੰ ਮਾਣ ਹੋਣਾ ਚਾਹੀਦਾ ਜੇ ਆ ਸਾਡਾ ਜਿਹੜੇ ਪੰਜਾਬ ਦੇ ਬੱਚੇ ਆ ਸਾਡੀ ਸਕੂਲੀ ਵਿਵਸਥਾ ਇਸ ਤਰ੍ਹਾਂ ਦੀ ਹੋਵੇ ਚਾਹੇ ਗੈਰ ਸਰਕਾਰੀ ਸਕੂਲ ਆ ਚਾਹੇ ਸਰਕਾਰੀ ਸਕੂਲ ਆ ਉਹਦੇ ਵਿੱਚ ਵਿਦੇਸ਼ੀ ਜ਼ਬਾਨਾਂ ਦੀ ਪੜ੍ਹਾਈ ਤੇ ਪੰਜਾਬੀ ਜ਼ਬਾਨ ਦੀ ਪੜ੍ਹਾਈ ਇਹਦੇ ਦਰਮਿਆਨ ਸੰਤੁਲਨ ਬਣਾ ਕੇ ਚੱਲਿਆ ਜਾਵੇ ਤੇ ਦੋਨਾਂ ਜ਼ਬਾਨਾਂ ਚ ਜਿਹੜਾ ਉਹ ਜਿਹੜਾ ਉਹਨਾਂ ਬੱਚਿਆਂ ਨੂੰ ਪਰਪੱਕ ਕੀਤਾ ਜਾਵੇ ਤਾਂ ਸਾਡੇ ਜਿਹੜੇ ਬੱਚੇ ਆ ਉਹ ਆਪਣੀ ਸਿੱਖਿਆ ਲੈ ਕੇ ਭਾਵੇਂ ਵਿਦੇਸ਼ ਵਿੱਚ ਰਹਿਣ ਚਾਹੇ ਭਾਰਤ ਵਿੱਚ ਰਹਿਣ ਚਾਹੇ ਪੰਜਾਬ ਵਿੱਚ ਰਹਿਣ ਪੰਜਾਬੀ ਜ਼ੁਬਾਨ ਦੀ ਜਿਹੜੀ ਮਹਿਕ ਹੈ ਖੁਸ਼ਬੂ ਆ ਉਹ ਹਮੇਸ਼ਾ ਉਹਨਾਂ ਦੇ ਅੰਗ ਸੰਗ ਰਹੇਗੀ ਤੇ ਸਾਡਾ ਜਿਹੜਾ ਬੱਚੇ ਆ ਉਹਨਾਂ ਦੀ ਸਿੱਖਿਆ ਦੇ ਵਿਕਾਸ ਲਈ ਵੀ ਇਹ ਬਿਹੱਦ ਜ਼ਰੂਰੀ ਆ ਕਿ ਸਾਨੂੰ ਆਪਣੀ ਬੋਲੀ 'ਚ ਆਪਣਾ ਇਤਿਹਾਸ ਆਪਣਾ ਸੱਭਿਆਚਾਰ ਆਪਣਾ ਵਿਰਸਾ ਆਪਣਾ ਸਾਹਿਤ ਆਪਣਾ ਗੀਤ ਸੰਗੀਤ ਆਪਣੀ ਪੱਤਰਕਾਰੀ ਦਾ ਗਹਿਰਾ ਸਾਨੂੰ ਗਿਆਨ ਹੋਣਾ ਚਾਹੀਦਾ ਉਹਦੇ ਨਾਲ ਸਾਡੀਆਂ ਜਿਹੜੀਆਂ ਸਖਸ਼ੀਤਾਾਂ ਉਹ ਬਲੰਦੀ ਤੱਕ ਪਹੁੰਚਣਗੇ ਅਸੀਂ ਵੱਡੀਆਂ ਸਖਸ਼ੀਤਾ ਪੈਦਾ ਕਰਨ ਦੇ ਸਮਰੱਥ ਹੋਵਾਂਗੇ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਕਿ ਜਿਹੜੇ ਲੋਕ ਆਪਣੇ ਇਤਿਹਾਸ ਵਿਰਸੇ ਸੱਭਿਆਚਾਰ ਨੂੰ ਜ਼ਿੰਦਾ ਰੱਖਦੇ ਆ ਜਿਹੜੇ ਉਹਦੇ ਨਾਲ ਜੁੜੇ ਰਹਿੰਦੇ ਆ ਉਹ ਦੁਨੀਆ ਦੇ ਕਿਸ ਨੁਕਰੇ ਵਿੱਚ ਵੀ ਰਹਿਣ ਉਹ ਵੱਡੀਆਂ ਪ੍ਰਾਪਤੀਆਂ ਹਾਸਲ ਕਰਦੇ ਆ ਇਨਾ ਸ਼ਬਦਾਂ ਨਾਲ ਮੈਂ ਜਸ ਪੰਜਾਬੀ ਟੀਵੀ ਨੂੰ ਤੇ ਅਸ਼ੋਕ ਪੌਰਾ ਨੂੰ ਸ਼ੁਭ ਕਾਮਨਾਵਾਂ ਦਿੰਦਾ ਕਿ ਇਸੇ ਹੀ ਤਰ੍ਹਾਂ ਤੁਸੀਂ ਜਾਰੀ ਰੱਖੋ ਦੇਸ਼ ਵਿਦੇਸ਼ ਵਿੱਚ ਪੰਜਾਬੀ ਜ਼ੁਬਾਨ ਦਾ ਪ੍ਰਚਾਰ ਪ੍ਰਸਾਰ ਕਰਨਾ ਤੇ ਪੰਜਾਬ ਦੇ ਸਰੋਕਾਰਾਂ ਬਾਰੇ ਚੇਤਨਾ ਪੈਦਾ ਕਰਨਾ ਇੱਕ ਬਹੁਤ ਵੱਡਾ ਕੰਮ ਆ ਤੇ ਇਹਨੂੰ ਜਾਰੀ ਰੱਖਿਆ ਜਾਣਾ ਚਾਹੀਦਾ ਸ਼ੁਕਰੀਆ ਧੰਨਵਾਦ ਸਤਨਾਮਾਨ ਖੁਰਾ ਨੇ ਜੋ ਗਿਆ ਉਹਨੂੰ ਵੀ ਵਿਚਾਰਨ ਦੀ ਲੋੜ ਹੈ ਸੁਣਨ ਦੀ ਲੋੜ ਹੈ ਤੇ ਲੋੜ ਹੈ ਕਿ ਅਸੀਂ ਪੰਜਾਬ ਵੱਲ ਪਿੱਠ ਨਾ ਕਰੀਏ ਪੰਜਾਬ ਵੱਲ ਮੂੰਹ ਕਰਕੇ ਰੱਖਿਏ ਕਿਉਂਕਿ ਪੰਜਾਬ ਨਾਲ ਹੀ ਅਸੀਂ ਜਿਉਨੇ ਆਂ ਪੰਜਾਬੀ ਬੋਲੀ ਨਾਲ ਹੀ ਵਸਦੇ ਆਂ ਤੇ ਪੰਜਾਬੀ ਨਾਲ ਹੀ ਸਾਡੀ ਪਛਾਣ ਹੈ ਵੇਖਦੇ ਰਹੋ ਜਸ ਪੰਜਾਬੀ ਮਿਲਦੇ ਆਂ ਬ੍ਰੇਕ ਤੋਂ ਬਾਅਦ ਤੋਂ ਬਾਅਦ ਫਿਰ ਜਿਆਨ ਨੂੰ ਆਪਾਂ ਪੰਜਾਬ ਦੀ ਗੱਲ ਕਰਨੇ ਆਂ ਪੰਜਾਬ ਨੂੰ ਕਿਸੇ ਜਾਣ ਪਛਾਣ ਦੀ ਲੋੜ ਨਹੀਂ ਆ ਪਰ ਫਿਰ ਵੀ ਆਉਣ ਵਾਲੀਆਂ نسلਾਂ ਲਈ ਜਦੋਂ ਪੰਜਾਬ ਦਾ ਇਤਿਹਾਸ ਅਸੀਂ ਵਿਆਖਣ ਕਰਾਂਗੇ ਤਾਂ ਉਹਨਾਂ ਨੂੰ ਪਤਾ ਲੱਗੇਗਾ ਕਿ ਕਿਹੜੇ ਪੰਜਾਬ 'ਚ ਅਸੀਂ ਜੰਮੇ ਸੀ ਤੇ ਕਿਹੜਾ ਪੰਜਾਬ ਹੁਣ ਕੀ ਬਣ ਗਿਆ ਇਹ ਕਿਤਾਬ ਭਾਸ਼ਾ ਵਿਭਾਗ ਪੰਜਾਬ ਵੱਲੋਂ ਛਾਪੀ ਗਈ ਆ ਭਾਰੀ ਪੁਸਤਕ ਹੈ ਇਹਦਾ ਭਾਰ ਇਸ ਕਰਕੇ ਨਹੀਂ ਕਿ ਇਹਨੂੰ ਪੇਪਰ ਬਹੁਤ ਲੱਗਿਆ ਹੋਇਆ ਹੈ ਇਹਦਾ ਭਾਰ ਇਸ ਕਰਕੇ ਆ ਕਿ ਇਸ ਕਿਤਾਬ ਚ ਪੰਜਾਬ ਦਾ ਉਹ ਸਾਰਾ ਕੁਝ ਹੈ ਜਿਹਦੇ ਕਰਕੇ ਪੰਜਾਬ ਹੈ ਇਸ ਪੁਸਤਕ ਨੂੰ 3 ਸਾਲ ਦੇ ਕਰੀਬ 3.5 ਸਾਲ ਦੇ ਕਰੀਬ ਸਮਾਂ ਲੱਗਾ ਤਿਆਰ ਕਰਨ ਚ ਸਲੂਟ ਕਰਾਂਗੇ ਸਲਾਮ ਕਰਾਂਗੇ ਡਾਕਟਰ ਮਿੰਦਰ ਸਿੰਘ ਰੰਦਾਵਾ ਹਰਾਂ ਨੂੰ ਕਿ ਪੰਜਾਬੀਆਂ ਨੂੰ ਇੱਕ ਅਜਿਹਾ ਦਸਤਾਵੇਜ਼ ਦਿੱਤਾ ਹੈ ਜਿਹੜਾ ਦਸਤਾਵੇਜ਼ ਵਕਤ ਆਉਣ ਤੇ ਇਤਿਹਾਸ ਬਣਿਆ ਤੇ ਇਸ ਇਤਿਹਾਸ ਨੂੰ ਮੈਂ ਫਰੋਲਣ ਲੱਗਾ ਹਾਂ ਇਹਦੀ ਕੱਲੀ-ਕੱਲੀ ਗੱਲ ਸੁਣਿਓ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣੀ ਪੈਗੀ ਕਿ ਪੰਜਾਬ ਅਸਲ ਚ ਕੀ ਸੀ ਪੰਜਾਬ ਦਾ ਇਤਿਹਾਸ ਕੀ ਸੀ ਪੰਜਾਬ ਸੰਸਾਰ ਦੇ ਉਹਨਾਂ ਥੋੜੇ ਜਿਹੇ ਦੇਸ਼ਾਂ ਵਿੱਚੋਂ ਹੈ ਜਿਹਨੂੰ ਆਪਣੀ ਇਤਿਹਾਸਿਕ ਪ੍ਰਾਚੀਨਤਾ ਉੱਤੇ ਮਾਣ ਹੈ ਕੇਵਲ ਇਹ ਇਹ ਹੀ ਨਹੀਂ ਕਿ ਪ੍ਰਾਚੀਨ ਆਰੀਆਂ ਦੀ ਸਭਿਅਤਾ ਤੇ ਉਹਨਾਂ ਦੇ ਸਹਿਤ ਨੇ ਇੱਥੇ ਜਨਮ ਲਿਆ ਅਤੇ ਇੱਥੋਂ ਹੀ ਉਹਨਾਂ ਦਾ ਪਸਾਰਾ ਹੋਇਆ ਪੰਜਾਬ ਸਦਾ ਤੋਂ ਹੀ ਹਿੰਦੁਸਤਾਨ ਦੀ ਸ਼ਾਨ ਰਿਹਾ ਹੈ ਆਨ ਰਿਹਾ ਹੈ ਇੱਜ਼ਤ ਦੀ ਰਾਖੀ ਕਰਦਾ ਰਿਹਾ ਹੈ ਅਤੇ ਇਸ ਦੀ ਆਜ਼ਾਦੀ ਨੂੰ ਬਚਾਈ ਰੱਖਣ ਲਈ ਬੈਰੀਆਂ ਦੇ ਪਹਿਲੇ ਖੂਨੀ ਵਾਰਾਂ ਦਾ ਟਕਰਾ ਇਸ ਨੂੰ ਹੀ ਕਰਨਾ ਪੈਂਦਾ ਰਿਹਾ ਹੈ ਪੰਜਾਬ ਦੀਆਂ ਹੱਦਾਂ ਜਿਹੜੀਆਂ ਉਹ ਬੈਰੀਆਂ ਦਾ ਟੱਕਰੇ ਕਰਨ ਲਈ ਇੱਕ ਬਹੁਤ ਵੱਡਾ ਮੁਜੱਸਮਾ ਰਹੀਆਂ ਨੇ ਇਸ ਨੇ ਪੰਜਾਬੀਆਂ ਨੂੰ ਐਸੇ ਹੱਠ ਵਾਲੇ ਸੂਰਬੀਰ ਪੈਦ ਦਿੱਤੇ ਨੇ ਜੋ ਰਾਣ ਰੱਤੇ ਅਤੇ ਖੁਸ਼ੀ ਨਾਲ ਛਾਲਾਂ ਮਾਰਦੇ ਅਤੇ ਮੌਤ ਨੂੰ ਮੁਖੌਲਾ ਕਰਦੇ ਅੱਗੇ ਵੱਧਦੇ ਚੱਲਦੇ ਹਨ ਇਹ ਪੰਜਾਬ ਦੇ ਦਰਿਆਵਾਂ ਵਾਂਗੂ ਸ਼ੂਕਦੇ ਅਤੇ ਇਸ ਦੀ ਉਪਜਾਊ ਧਰਤੀ ਦੀ ਤਰ੍ਹਾਂ ਖੁੱਲੇ ਡੁੱਲੇ ਤੇ ਉਦਾਰ ਹਨ ਪੰਜਾਬੀ ਆਪਣੇ ਸੁਭਾਅ ਕਰਕੇ ਵੀ ਪੰਜਾਬੀ ਨੇ ਖੁੱਲੇ ਡੁੱਲੇ ਨੇ ਜਿੱਧਰ ਨੂੰ ਵੀ ਜਾਂਦੇ ਨੇ ਪੈੜਾਂ ਪਾ ਦਿੰਦੇ ਨੇ ਤੇ ਜਿਸ ਖੇਤਰ ਵੀ ਚਾਹੇ ਉਹ جنگ ਦਾ ਮੈਦਾਨ ਸੀ ਚਾਹੇ ਖੇਡਾਂ ਦਾ ਖੇਤਰ ਸੀ ਚਾਹੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਦੀ ਦਾਸਤਾ ਸੀ ਪੰਜਾਬੀਆਂ ਨੇ ਕਦੇ ਵੀ ਪੈਰ ਪਿੱਛੇ ਨਹੀਂ ਖਿੱਚਿਆ ਤੇ ਪੰਜਾਬ ਹਿੰਦੁਸਤਾਨ ਦੀ ਸੰਸਕ੍ਰਿਤੀ 'ਚ ਬਹੁਤ ਵੱਡੀ ਭੂਮਿਕਾ ਨਿਭਾਉਣ ਵਾਲਾ ਸੁਭਾਅ ਇਸ ਕਰਕੇ ਅਸੀਂ ਪੰਜਾਬ ਤੇ ਮਾਣ ਕਰਦੇ ਆਂ ਤੇ ਕਰਦੇ ਰਾਮਾਗੇ ਵੀ ਇੱਕ ਗੱਲ ਮੈਂ ਪੰਜਾਬ ਦੇ ਇਤਿਹਾਸ ਨਾਲ ਇਸ ਪੁਸਤਕ ਦੇ ਪੰਨਾ ਨੰਬਰ 22 ਉੱਤੇ ਜਿਹੜੀ ਲਿਖੀ ਗਈ ਹੈ ਕਿ ਸਨ 1947 ਵਿੱਚ ਹਿੰਦੁਸਤਾਨ ਦੀ ਵੰਡ ਨਾਲ ਪੰਜਾਬ ਦੇ ਦੋ ਟੁਕੜੇ ਹੋਏ ਲੈਂਦਾ ਪੰਜਾਬ ਪਾਕਿਸਤਾਨ ਤੇ ਚੜਦਾ ਪੰਜਾਬ ਹਿੰਦੁਸਤਾਨ ਪਰ ਪ੍ਰਾਚੀਨ ਸਮਿਆਂ ਤੋਂ ਹੀ ਕਿਉਂਕਿ ਪੰਜਾਬ ਸਿੰਧ ਤੋਂ ਲੈ ਕੇ ਜਮਨਾ ਤੱਕ ਗਿਣਿਆ ਜਾਂਦਾ ਰਿਹਾ ਅਤੇ ਇਸ ਲਈ ਇਹ ਹੀਟਲੀਆਂ ਲਾਈਨਾਂ ਬੜੇ ਧਿਆਨ ਨਾਲ ਸੁਣਨ ਵਾਲਿਆਂ ਨੇ ਪੰਜਾਬ ਦੇ ਜਿਸ ਇਤਿਹਾਸ ਦਾ ਹੁਣ ਤੱਕ ਪਤਾ ਲੱਗਾ ਹੈ ਉਹ ਆਰੀਆ ਲੋਕਾਂ ਦੇ ਸਮੇਂ ਤੋਂ ਆਰੰਭ ਹੁੰਦਾ ਹੈ ਇਹ ਲੋਕ ਕਦੋਂ ਕਿੱਥੇ ਤੇ ਕਿਵੇਂ ਆਏ ਇੱਥੇ ਵਸੇ ਕਿਵੇਂ ਇਸ ਗੱਲ ਦਾ ਨਿਸ਼ਚਿਤ ਤੌਰ ਤੇ ਹਾਲੇ ਤੱਕ ਭਾਵੇਂ ਕੁਝ ਵੀ ਪਤਾ ਨਾ ਲੱਗਿਆ ਹੋਵੇ ਪਰ ਆਮ ਵਿਦਵਾਨਾਂ ਦਾ ਵਿਚਾਰ ਹੈ ਕਿ ਰੂਸ ਦੇ ਦੱਖਣੇ ਦੱਖਣੋਂ ਵੱਧ ਏਸ਼ੀਆ ਤੋਂ ਆ ਕੇ ਇੱਥੇ ਬਸੇ ਹਨ ਕੋਜ ਹਿੰਦੂਸਤਾਨੀ ਵਿਚਾਰਵਾਨ ਕਹਿੰਦੇ ਹਨ ਕਿ ਇਹ ਆਰੰਭ ਤੋਂ ਹੀ ਉੱਤਰੀ ਹਿੰਦ ਪੰਜਾਬ ਦੇ ਵਾਸੀ ਸੰਨ ਤੇ ਏਲਨ ਦੇ ਵੱਲ ਗਏ ਸਨ ਹਾਂ ਇਹ ਗੱਲ ਨਿਸ਼ਚੇ ਹੈ ਕਿ ਆਰਿਆ ਦੀ ਸਭ ਤੋਂ ਪੁਰਾਣੀ ਪੁਸਤਕ ਜੋ ਸੰਸਾਰ ਦੀ ਸਭ ਤੋਂ ਪੁਰਾਣੀ ਪੁਸਤਕ ਵੀ ਮੰਨੀ ਜਾਂਦੀ ਹੈ ਰਿਗਵੇਦ ਪੰਜਾਬ ਵਿੱਚ ਰਚੀ ਗਈ ਹੈ ਰਿਗਵੇਦ ਨੂੰ ਪੰਜਾਬ ਵਿੱਚ ਰਚਿਆ ਗਿਆ ਸੋ ਪੰਜਾਬ ਨੂੰ ਇਤਿਹਾਸਕ ਤੌਰ ਤੇ ਪੰਜਾਬ ਨੂੰ ਵਿਰਾਸਤ ਤੌਰ ਤੇ ਕਦੇ ਵੀ ਅਸੀਂ ਪਿਛਾਂ ਨਹੀਂ ਰੱਖ ਸਕਤੇ ਪੰਜਾਬੀਆਂ ਦੀਆਂ ਜਿਹੜੀਆਂ ਉਪਜਾਂ ਨੇ ਪੰਜਾਬ ਖੁੱਲੇ ਡੁੱਲੇ ਸਰੀਰਾਂ ਵਾਲੇ ਪੰਜਾਬੀਆਂ ਦਾ ਪੰਜਾਬ ਨਹੀਂ ਪੰਜਾਬ ਦੀ ਕਿਸਾਨੀ ਜਿਹੜੀ ਹੈ ਉਹ ਦੇਸ਼ ਦਾ ਢਿੱਡ ਭਰਦੀ ਰਹੀ ਆ ਇਸੇ ਕਰਕੇ ਪੰਜਾਬ ਨੂੰ ਅੰਨਦਾਤਾ ਕਿਹਾ ਜਾਂਦਾ ਹੈ ਇਸੇ ਕਰਕੇ ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ ਹੈ ਪਰ ਵਕਤ ਦੇ ਥਪੇੜਿਆਂ ਨੇ ਹਕੂਮਤਾਂ ਨੇ ਇਹਨਾਂ ਕਿਸਾਨਾਂ ਨਾਲ ਇਨਾ ਪੰਜਾਬੀਆਂ ਨਾਲ ਕਈ ਤਰ੍ਹਾਂ ਦੇ ਟੱਕੇ ਕੀਤੇ ਨੇ ਪੰਜਾਬ ਹੁਣ ਉਹ ਪੰਜਾਬ ਨਹੀਂ ਰਿਹਾ ਜਿਹੜਾ ਪੰਜਾਬ ਪੰਜਾਬ ਸੀ ਪੰਜਾਬ ਦੀਆਂ ਹੱਦਾਂ ਬਹੁਤ ਛੋਟੀਆਂ ਹੋ ਗਈਆਂ ਨੇ ਪਰ ਫਿਰ ਵੀ ਇਸ ਗੱਲ ਨੂੰ ਹਰ ਉਹ ਦਿਲ ਗੁਰਦੇ ਵਾਲਾ ਇਨਸਾਨ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਵੱਸਦਾ ਹੋਵੇ ਕਿਸੇ ਵੀ ਭਾਸ਼ਾ ਨਾਲ ਸੰਬੰਧਿਤ ਹੋਵੇ ਕਿਸੇ ਵੀ ਜਾਤ ਬਾਤ 'ਚ ਵਿਸ਼ਵਾਸ ਰੱਖਦਾ ਹੋਵੇ ਕਿਸੇ ਵੀ ਧਰਮ ਨੂੰ ਮੰਨਦਾ ਹੋਵੇ ਜੇ ਉਹਨੇ ਹਿੰਦੁਸਤਾਨ ਦਾ ਇਤਿਹਾਸ ਪੜ੍ਹਿਆ ਤੇ ਹਿੰਦੁਸਤਾਨ ਦੇ ਇਤਿਹਾਸ 'ਚ ਪੰਜਾਬ ਦੀ ਵਿਰਾਸਤ ਨੂੰ ਸਮਝਦਾ ਹੈ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਜਾਣਦਾ ਹੈ ਤਾਂ ਉਹ ਦੋਏ ਮਹਾ ਖੜੀਆਂ ਕਰਕੇ ਕਹੇਗਾ ਕਿ ਪੰਜਾਬ ਗੁਰਾਂ ਦੇ ਨਾਂ ਤੇ ਵੀ ਵਸਦਾ ਹੈ ਤੇ ਪੰਜਾਬ ਉਹਨਾਂ ਉਸ ਕਰਕੇ ਵੀ ਦੁਨੀਆ ਵਿੱਚ ਜਾਣਿਆ ਜਾਂਦਾ ਕਿ ਕੁਰਬਾਨੀਆਂ ਦੇਣ ਨੂੰ ਪੰਜਾਬੀ ਸਭ ਤੋਂ ਮੋਹਰੇ ਹੋ ਕੇ ਖੜੇ ਹੋ ਜਾਂਦੇ ਨੇ ਕਦੇ ਹਰਿਆਣਾ ਪੰਜਾਬ ਦਾ ਹਿੱਸਾ ਸੀ ਕਦੇ ਜੀਂਦ ਸਾਰਾ ਰੁੱਤ ਸਾਰਾ ਪੰਜਾਬ ਦਾ ਹਿੱਸਾ ਸੀ ਕਦੀ ਹਸਾਰ ਪੰਜਾਬ ਦੇ ਹੁੰਦੇ ਸੀ ਤੇ ਹੁਣ ਜਦੋਂ ਅੰਬਾਲੇ ਤੋਂ ਅੱਗੇ ਟੱਕ ਕੇ ਟੱਕ ਪਕੇ ਅਸੀਂ ਪੰਜਾਬ 'ਚ ਦਾਖਲ ਹੁੰਦੇ ਆ ਤਾਂ ਪੰਜਾਬ ਵੱਲੋਂ ਇੱਕ ਬੋਰਡ ਲਿਖਿਆ ਗਿਆ ਕਿ ਗੁਰੂਆਂ ਪੀਰਾਂ ਸੂਰਬੀਰ ਯੋਧਿਆਂ ਦਾ ਵਰਸ ਹੋਇਆ ਹੋਇਆ ਪੰਜਾਬ ਤੁਹਾਨੂੰ ਜੀਹਾਂ ਨੂੰ ਆਖਦਾ ਹੈ ਰੱਬ ਕਰੇ ਪੰਜਾਬ ਜੀਹਾਂ ਨੂੰ ਆਖਦਾ ਰਵੇ ਪੰਜਾਬ ਦੇ ਲੋਕ ਵਸਦੇ ਰਹਿਣ ਪੰਜਾਬ ਬਸੇਗਾ ਤੇ ਬਹੁਤ ਕੁਝ ਚਲੇਗਾ ਜਿਵੇਂ ਕਹਿੰਦੇ ਨੇ ਕਿ ਜਦੋਂ ਮਾਨਸੂਨ ਆਉਂਦੀ ਹੈ ਤੇ ਗੋਵਿੰਦ ਸਾਗਰ ਉਛਲਦਾ ਹੈ ਜਦੋਂ ਗੋਵਿੰਦ ਸਾਗਰ ਉਛਲਦਾ ਉਹ ਤੋਂ ਟਰਬਾਈਨਾ ਚੱਲਦੀਆਂ ਨੇ ਜਦੋਂ ਟਰਬਾਈਨਾ ਚੱਲਦੀਆਂ ਨੇ ਬਿਜਲੀ ਆਉਂਦੀ ਆ ਤੇ ਬਿਜਲੀ ਫਿਰ ਉਹਨੂੰ ਇਹ ਕਹਿੰਦੇ ਨੇ ਪਾਕੜੇ ਤੋਂ ਮਟਿਆਰ ਨੱਚਦੀ ਆ ਗਈ ਆ ਸੋ ਪੰਜਾਬ ਰੱਬ ਕਰੇ ਬਸ ਧਰਵੇ ਪੰਜਾਬ ਦੀ ਗੱਲ ਕਰਦੇ ਰਵਾਂਗੇ ਵੇਖਦੇ ਰਹੋ ਜਸ ਪੰਜਾਬੀ ਹਾਂ